दलेर खालसा गतका ग्रुप ने पूरी दुनिया में नाम खटिया और हाल ही में दलेर खालसा ग्रुप को ग्रीन गलैक्सी भारत की शान वजो डायमंड जिहड़ा इनाम मिले और वड्डी ऑब्जरवेशन की जाती जो ये इनाम किसे दिता जाता है तो पूरे इंडिया विच्चों चुन के साढ़े दलेर खालसा ग्रुप जिहड़े वो अगे आए आ साढ़े नवें शहर का नाम इन्होंने अगे लेके आंदा वड्डा नाम किया नवें शहर का शान वधाई है नवें शहर की। सुखा बाई जी तो ऐं लगती मैं बुरज खलीफा और बाई जी एक बार हाथ दिखाइयो वो कहें कि सनी दोल का हाथ 2.5 किलो का पर बाबा जी का हाथ मैं 7 किलो का लगता मेरा हाथ तो बहुत छोटू जि हो जाना। हाइट कितनी अपनी? हाइट 7.5 फुट जी। 7.5 फुट ते अपना वेट कितना जी? वेट हैगा जी 1.85 किलो। तो फिर कोई कमी पेशी कोई प्रॉब्लम तो नहीं आती कभी? अजे तक तो कोई नहीं जी। तो महाराज कृपा करे अगे भी कोई आ। जो साड़ी डाइट है वो सिर्फ दुध दी है। अच्छा जी। 2 लीटर दुध असी सुबह पी जाने। अच्छा जी। 2 लीटर दोपहर नू पी जाने। अच्छा जी। 2 लीटर शाम नू प्रसादे तो बाद पी जाने। ठंडा पींदे हो कि गर्म? बा मिठा पा के जी चंगा असी कदे परहेज नहीं कीता। अच्छा जी। हाँ जी। ते फिर के कई हुण विच गल्लां भी करदे ने सूरमे होए ने हरी सिंह नलुए वर्गे जी 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 देसी खुराक खांदे थे जी कोई आ चीजां ते तां है नहीं ते बिल्कुल देखो उन्होंने हाथ में इन्नी पावर थी कि शेर का जबाड़ा खोल देंगे थी पाड़ देंगे थी कि अज के रैसलर जो मास्क खाते ने पाड़ देंगे। पान जो सुखे बाजी इतने हिक ना लाते हो तो वह भी जिम्मे फोल्ड हो जाती है वो कि प्रैक्टिस करनी पैंती है? ਭਾਜੀ ਬਹੁਤ ਲੌਂਗ ਪ੍ਰੈਕਟਿਸ ਆ ਤਕਰੀਬਨ ਰੋਜ਼ ਦੇ 2-2.5 ਘੰਟੇ ਦਾ ਅਭਿਆਸ ਆ ਜੀ। ਅੱਛਾ ਜੀ। ਜੋ ਕੁਛ ਵੀ ਕਰਦੇ ਹਾਂ ਜੀ ਹੈਗਾ ਰਿਐਲਿਟੀ ਆ ਸਾਰਾ ਕੁਛ। ਹਾਂਜੀ ਠੀਕ ਹੈ ਜੀ। ਜ਼ੋਰ ਤਾਂ ਲੱਗਦਾ ਜੀ ਮੋੜਨ ਵਿੱਚ ਵੀ ਲੱਗਦਾ ਆ ਅਤੇ ਮੂਹਰੇ ਸਹਿਣ ਨਾਲ ਵੀ ਜ਼ੋਰ ਲੱਗਦਾ। ਨਾਰੀਅਲ ਰੱਖੀ ਜਾਂਦੇ ਤੁਸੀਂ ਭੰਨੀ ਜਾਂਦੇ ਹੋ ਔਰ ਇੰਨੀ ਕੰਸਨਟ੍ਰੇਸ਼ਨ ਹੈ ਕਿ ਮੋਰਲੇ ਵਾਲੇ ਦੇ ਸੱਟ ਵੀ ਨਹੀਂ ਲੱਗਣੀ ਚਾਹੀਦੀ ਨਾਰੀਅਲ ਟੁੱਟਣਾ ਵੀ ਚਾਹੀਦਾ। ਬਿਲਕੁਲ ਬਿਲਕੁਲ ਜੀ। ਮੈਂ ਪਹਿਲੇ ਕਿਹਾ ਜੀ ਮਿਹਨਤ ਬਹੁਤ ਜ਼ਿਆਦਾ ਇਸ ਟਾਈਮ ਜੀ ਠੀਕ ਹੈ ਜੀ ਜੋ ਵੀ ਅਭਿਆਸ ਆ ਅਭਿਆਸ ਦੇ ਨਾਲ ਹੀ ਸਾਰੀ ਕੁਛ ਕਰੀਦਾ ਹੈ ਜੀ ਇਹ। ਹਾਂਜੀ ਤਿਆਰੀ ਕਰ ਰਹੇ ਹੋ ਅਤੇ ਬੁਲਟ ਵੀ ਬਾਹਾਂ ਵਿੱਚ ਪਾਉਣੇ ਆ ਕਿੰਨੇ ਬੁਲਟ ਪਾਉਣੇ ਆ ਜੀ ਉਹਨਾਂ ਦੀ ਮਤਲਬ ਰੱਸੀਆਂ? ਆ ਸਾਡੇ ਭਾਅ ਜੀ ਬੈਠੇ ਨੇ ਇਹਨਾਂ ਤੋਂ ਪੁੱਛੋ ਜੀ। ਮੈਂ ਮਾਫੀ ਚਾਹੁੰਦਾ ਜੀ ਸੀਕਰੇਟ ਹਲੇ। ਅੱਛਾ ਜੀ। ਦੱਸ ਨਹੀਂ ਸਕਦੇ ਪਰ ਕਰਾਂਗੇ ਜ਼ਰੂਰ ਜੀ। ਠੀਕ ਹੈ ਜੀ। ਹਾਂਜੀ ਪਰ ਇੱਦਾਂ ਆ ਜੀ ਅਤੇ ਇੱਕ ਵਾਰ ਤਾਂ ਸੋਚ ਨਹੀਂ ਪਾ ਦੇਵਾਂਗੇ ਵੀ ਕੰਮ ਹੋਇਆ ਕਿੱਦਾਂ ਹੈ। ਸਾਡੇ ਰਾਣਾ ਭਾਅ ਜੀ ਨੇ ਜੀ। ਅੱਛਾ ਜੀ। ਇਹ ਵੀ ਟੀਮ ਦੀ ਜਾਨ ਨੇ ਸਾਡੀ ਵੀ ਹਸਮੁਖ ਨੇ ਬੜੇ ਪੂਰੇ ਜੀ ਜੀ ਗੁਰੂ ਦੀ ਕਿਰਪਾ ਜੀ। ਸਭ ਤੋਂ ਵੱਡੀ ਗੱਲ ਇਹ ਆ ਇਹ ਭਾਅ ਜੀ ਦੇ ਉੱਪਰੋਂ ਜੇ ਸੀ ਵੀ ਲਗਾਈ ਦੀ ਹੈ ਜੀ। ਅੱਛਾ। ਹਾਂ ਤੁਸੀਂ ਦੇਖਿਆ ਹੋਣਾ ਵੀ ਭਾਅ ਜੀ ਦੀ ਵੀਡੀਓ ਬਹੁਤ ਵਾਇਰਲ ਹੋਈ ਹੈ। ਸਵਾਲ ਹੈ ਕਿ ਯਾਰ ਜੇ ਸੀ ਬੀ ਟਰੈਕਟਰ ਤੋਂ ਸਿੱਧਾ ਜੇ ਸੀ ਬੀ 'ਤੇ ਆ ਰਹੇ ਆ ਉਹ ਵੀ 75 ਟਨ ਦੀ? ਭਾਅ ਜੀ ਇੱਦਾਂ ਹੈ ਨਾ ਜੀ ਜਦੋਂ ਇੱਧਰ ਨੂੰ ਅਸੀਂ ਹੁਣ ਨਾ ਇਸ ਤੁਰ ਪਏ ਤਾਂ ਗੱਤ ਕਿਸੇ ਚੇਤਾ ਜੀ ਭਾਅ ਜੀ ਦੇ ਨਾਲ ਦੋ ਮਤਲਬ 2011 ਤੋਂ 10-11 ਤੋਂ ਬਸ ਨਾਨਕ ਭਾਅ ਜੀ ਨੇ ਵੀਡੀਓ ਦਿਖਾਉਣੀ ਹੁੰਦੀ ਸਾਨੂੰ ਜੀ ਬਸ ਬਾਅਦ 'ਚ ਸੋਚੀਦਾ ਜੀ ਕੀ ਇਹਦਾ ਮਤਲਬ ਅੰਜਾਮ ਹੋਣਾ ਜਾਂ ਕੁਛ ਜੀ ਜਦੋਂ ਨਾਨਕ ਭਾਅ ਜੀ ਨੇ ਇੱਕ ਵਾਰੀ ਸਾਨੂੰ ਕਹਿ ਦਿੱਤਾ ਨਾ ਜੀ ਮਤਲਬ ਆਹ ਕੰਮ ਆਪਾਂ ਕਰਨਾ ਆ ਫਿਰ ਜਾਣ ਦੀ ਕੋਈ ਪਰਵਾਹ ਨਹੀਂ ਬਸ ਨਾਨਕ ਭਾਅ ਜੀ ਦਾ ਬੋਲ ਪਕਾਉਣਾ ਹੁੰਦਾ ਜੀ। ਚੜ੍ਹਦੀ ਕਲਾ ਵਾਲੇ ਰਣ ਵਿੱਚ ਛੂਕਦੇ ਨੇ ਅਤੇ ਅੱਡੀਆਂ ਚੱਕ ਚੱਕ ਲੋਕ ਕਹਿੰਦੇ ਨੇ ਸ਼ੇਰ ਖਾਲਸਾ ਉਹ ਹਰ ਪਲ ਨਾਮ ਗੁਰਾਂ ਦਾ ਧਿਆਉਂਦੇ ਨੇ ਅਤੇ ਅੱਖਾਂ ਬਿੰਨ ਕੇ ਨਿਸ਼ਾਨੇ ਲਾਉਂਦੇ ਨੇ ਅਤੇ ਸਤਿਕਾਰ ਵਿੱਚ ਲੋਕ ਕਹਿੰਦੇ ਨੇ ਦਲੇਰ ਖਾਲਸਾ ਦਲੇਰ ਖਾਲਸਾ ਦਲੇਰ ਖਾਲਸਾ। ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਕਿਉਂਕਿ ਸਾਡੇ ਨਾਲ ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੀ ਪੂਰੀ ਟੀਮ ਮੌਜੂਦ ਹੈ ਔਰ ਸਾਡੇ ਵੱਡੇ ਵੀਰ ਨਾਨਕ ਜੀ ਇਹਨਾਂ ਦੀ ਮਿਹਨਤ ਸਦਕਾ ਇਹਨਾਂ ਦੇ ਦ੍ਰਿੜ ਨਿਸ਼ਚੈ ਸਦਕਾ ਦਲੇਰ ਖਾਲਸਾ ਗਤਕਾ ਗਰੁੱਪ ਨੇ ਪੂਰੀ ਦੁਨੀਆ ਵਿੱਚ ਨਾਮ ਖੱਟਿਆ ਔਰ ਹਾਲ ਹੀ ਵਿੱਚ ਦਲੇਰ ਖਾਲਸਾ ਗਰੁੱਪ ਨੂੰ ਗ੍ਰੀਨ ਗਲੈਕਸੀ ਭਾਰਤ ਕੀ ਸ਼ਾਨ ਵਜੋਂ ਡਾਇਮੰਡ ਦਾ ਜਿਹੜਾ ਇਨਾਮ ਮਿਲਿਆ ਔਰ ਵੱਡੀ ਓਬਜ਼ਰਵੇਸ਼ਨ ਕੀਤੀ ਜਾਂਦੀ ਜਦੋਂ ਇਹ ਇਨਾਮ ਕਿਸੇ ਨੂੰ ਦਿੱਤਾ ਜਾਂਦਾ ਹੈ ਤਾਂ ਪੂਰੇ ਇੰਡੀਆ ਵਿੱਚੋਂ ਚੁਣ ਕੇ ਸਾਡੇ ਦਲੇਰ ਖਾਲਸਾ ਗਰੁੱਪ ਜਿਹੜੇ ਉਹ ਅੱਗੇ ਆਏ ਆ ਸਾਡੇ ਨਵੇਂ ਸ਼ਹਿਰ ਦਾ ਨਾਮ ਇਹਨਾਂ ਨੇ ਅੱਗੇ ਲੈ ਕੇ ਆਉਂਦਾ ਵੱਡਾ ਨਾਮ ਕੀਤਾ ਨਵੇਂ ਸ਼ਹਿਰ ਦਾ ਸ਼ਾਨ ਵਧਾਈ ਹੈ ਨਵੇਂ ਸ਼ਹਿਰ ਦੀ ਔਰ ਗ੍ਰੀਨ ਗਲੈਕਸੀ ਜਿਹੜਾ ਅਵਾਰਡ ਮਿਲਿਆ ਉਹਦੇ ਕਰਕੇ ਹਰ ਥਾਂ ਇਹਨਾਂ ਦੀ ਤਾਰੀਫ ਹੋ ਰਹੀ ਹੈ ਹਰ ਕੋਈ ਇਹਨਾਂ ਦੀ ਸ਼ਲਾਘਾ ਕਰ ਰਿਹਾ ਤਾਂ ਨਾਨਕ ਜੀ
सब तो पहला तो बहुत बहुत मुबारक तुसी नवे शहर का माण बधाया और महाराज की बख्शिश हुई है जी। सब तो पहला जी देशों विदेशों में बैठी समूह संगत को दलेर खालसा ग्रुप नूं बुलाई हुई फतेह प्रवान करनी जी। वाहिगुरू जी का खालसा वाहिगुरू जी की फतेह। तो पूरे दलेर खालसा ग्रुप वालों असी PB32 नवांशहर जो तुहाडी समूह टीम हैगी आ असी धन्नवाद करदे हां जी। जी अच्छा नानक जी किन्ना औखा सी इह अवार्ड जितना जी? देखो जी औखा तो भाजी बहुत सी अवार्ड क्योंकि स्पैशल मैनू फोन आया जिदन अवार्ड साढ़े विनर किया उन्होंने मैनू पूछया भी खालसा जी तुसी दसो भी तुसी केड़ी पोजीशन ते हैगी इस टाइम है ना। तो मैनू जवाब देना बड़ा औखा सी क्योंकि सानू हुण पता है जी पूरे जने रियालिटी शो खेडी दे आ क्योंकि इंडिया विच टैलेंट बहुत ज़्यादा आ। ठीक है जी। तो कहना बहुत औखा सी पर गुरु साहब की कृपा ना जी तो साड़ी मेहनत सदका जी असी अवार्ड जितते हो पहला जी जिदा जी नैशनल अवार्ड गोल्ड मैडल ये अपने इंडिया की पहली टीम आ जी पंजाब की जिन्होंने संगत ने गोल्ड मैडल नाल भी सम्मानित किया आ। तो बाकी दो वर्ल्ड रिकॉर्ड आ जी इंडिया बुक ऑफ रिकॉर्ड च तो वर्ल्ड बुक ऑफ रिकॉर्ड इंग्लैंड में जी। तो बाकी थानू पता ही है जी देशों विदेशों में रियलिटी शो कलर TV से जी TV सोनी TV से वह सारा कुछ देखते हुए जी ये आपां दसद भी खुशी होंगी है जी क्योंकि जदों कोई ग्राउंड लैवल तो बंदा उठ के इत्थे तक पहुँचता है तो खुशी तो बहुत ज़्यादा महसूस हो रही है इस टाइम। कल विधानसभा डिप्टी स्पीकर नवांशहर जो मौजूद MLA उन्होंने भी सम्मान किया तो बिल्कुल जी बिल्कुल उत्थे विधानसभा बुलाया जी ग्रुप नूं ते उत्थे बुला के सम्मान किया जी। जी अच्छा नानक जी तुसी पिछे जे सिंगापुर विच भी जाके आए हो वह तजर्बा किहो जिहा रहा? हाँ जी वीडियोज़ देखिया तुहाडियां बड़ा उत्साहित किया तुसी लोकां नूं उत्थे भी? बिल्कुल बिल्कुल जी बहुत वधिया रही जी संगत ने बहुत प्यार बख्शिया तो ग्रुप नूं तां बख्शिया जी ते नाल साडे भाई सुखा जी ते ए जो इस टाइम पूरी सोशल मीडिया ते छाए होगा ते सोशल मीडिया वालों इन्हां नूं खिताब भी मिलिया जी एक रशियन टैंक दा। अच्छा रशियन टैंक दे नाल जाणिया जांदा सुखा बाबा जी। मैं तो वैसे सुखा बाबा जी नूं इधर देख रहा सी मैनूं तां माफ़ करना पर वो फीलिंग आई चाचा चौधरी साबू नाल बैठा होवे और सुखा बाई जी तां इउं लगदे जिवें बुरज खलीफा। और बाई जी एक वारी हत्थ दिखाइयो वो कहिंदे कि सनी दोल दा हत्थ 2.5 किलो दा पर बाबा जी दा हत्थ मैनूं 7 किलो दा लगदा मेरा हत्थ तो बहुत छोटू जिहा हो जाना। अच्छा बाबा जी बड़ी चढ़दी कला वाले हो तुसी महाराज की बहुत बख्शिश हुई है की कहना चाहोगे? गुरु की कृपा है जी क्योंकि गुरु के वोट आसरे बिना तो कख दे भी नहीं जी। गुरु की मेहर सदका इत्थे तक पहुंचे हैं जी। हाँ जी नहीं सानू कौन जानदा संगत का बहुत अथाह प्यार मिल रहा है आप जी। बहुत जी बहुत संगत दे कहिंदे हुंदे ने असी चरणा की धूड़ है जी ऋणी आ उन्हां दे जिन्ना वो सानू सन्मान बख्श रहे ने जी। ते जी बस यही है कि इसे तरह अपना प्यार बना के रखियो जी। वड्डे बंदे दी ओही खास गल हुंदी जिन्ना उच्चा हुंदा उन्ना ही अंदरों नीवा हुंदा। निर्मल ने बड़े सुखा बाबा जी जी बहुत ज्यादा निम्रता है बाबा जी जी। हाँ जी ते तुसीं देखे आई आ वीडियो किन्नी आई आ बहुत सत्कार आ। अच्छा बाबा जी एक सवाल मैं पुछना मैं एक वीडियो तुहाडी देख रहा सीगा तुहाडे नाल पुलिस वालियां भी आके फोटो खिचा रही सीगियां आम जनता बहुत फोटो खिचाती तुसीं किते भी जाने सेंटर ऑफ अट्रैक्शन बन जाने हर बंदे तमा हुंदी आ कि फोटो खिचाणी तुहाडे नाल उदों फिर की महसूस हुंदा जी? देखो जी बड़ा माण महसूस हुंदा कि असीं चलो संगत नूं देखण वास्ते एक वख चीज़ आ ग्रुप है सारा बहुत करनी वाले सिंह ने जी जी जी। पर जो मैं स्टेज पर जाना ज संगत दे विच विचरदा तो संगत का एक हुण साडा छोटा सिंह है बलजोत सिंह तो उन्हूं देख के तो मैं देख के संगत बड़ी खुश होंदी है बड़ा प्यार बख्शदी है जी, जी। क्योंकि वह साडी टीम का सब तो छोटा सिंह है 5 साल की उम्र है उसकी तो सानू बड़ा दोनों नू प्यार मिलता है जी। बाबा जी हाइट किन्नी अपनी? हाइट 7.5 फुट जी। 7.5 फुट हाँ। अपना वेट किन्ना जी? वेट हैगा जी 1.85 किलो। तो फिर कोई कमी पेशी कोई प्रॉब्लम तो नहीं आती कभी? अज तक तो कोई नहीं जी तो महाराज कृपा करे अगे भी कोई आवे ना। मैं सुनया कहने तुसी मन दे भी नहीं? नहीं जी नहीं गोल दे भी नहीं तुसी? गोल दे भी नहीं जी इस तरह। अच्छा बाबा जी फिर खुराक की अपनी? खुराक जी जिवें अगे भी दसी दा भी चलो कई लोग पुछदे भी ने भी प्रशादा वध सकदे हो जी इदां इदां प्रशादा आम ठीक है जी आम ही है नॉर्मल ही है ठीक है जी। तो जो साड़ी डाइट है वो सिर्फ दुध दी है। अच्छा जी 2 लीटर दुध असी सुबह पी जाना। अच्छा जी 2 लीटर दोपहर नूं पी जाना। अच्छा जी 2 लीटर शाम नूं प्रसादे तो बाद पी जाना। ठंडा पींदे हो कि गर्म? मिठा पा के जी चंगा असी कदे परहेज नहीं कीता। अच्छा जी
ਹਾਂਜੀ ਤੇ ਫਿਰ ਕੇ ਕਈ ਹੁਣ ਵਿੱਚ ਗੱਲਾਂ ਵੀ ਕਰਦੇ ਨੇ ਕਿ ਜੀ 6 ਲੀਟਰ ਦੁੱਧ ਕਹਿ ਦੇਣਾ ਬੜਾ ਸੌਖਾ ਪਰ ਜਿੰਦਾ ਜਾਗਦਾ ਸਬੂਤ ਬੈਠਾ ਜੀ ਨਹੀਂ ਤੁਹਾਨੂੰ ਦੇਖ ਕੇ ਤਾਂ ਯਕੀਨ ਹੋ ਗਿਆ 6 ਲੀਟਰ ਦੁੱਧ ਬੜੇ ਆਰਾਮ ਨਾਲ ਖਪਾ ਜੀ ਦਾ ਪਚਾ ਜੀ ਦਾ ਜੀ ਕਿਉਂਕਿ ਇਹ ਨਹੀਂ ਹੈ ਵੀ ਖੁਰਾਕ ਖਾਧੀ ਤੇ ਪੈ ਗਏ ਜੋ ਗੱਤਕੇ ਦੇ ਜ਼ੋਰ ਨੇ ਗਰੁੱਪ ਦੇ ਵਿੱਚ ਉਹ ਵੀ ਕਰਦੇ ਆ ਤੇ ਬਾਕੀ ਆਪਣੇ ਕਿਰਤੀ ਵੀ ਹੈ ਤੇ ਖੇਤੀਬਾੜੀ ਵੀ ਕਰਦੇ ਆ ਅੱਛਾ ਜੀ ਉਹ ਸਭ ਕੁਝ ਖਪਾ ਜੀ ਦਾ ਪਰਿਵਾਰ ਚ ਕੌਣ ਕੌਣ ਮੈਂਬਰ ਨੇ ਜੀ ਕਿੰਨੇ ਮੈਂਬਰ ਨੇ ਮਾਤਾ ਪਿਤਾ ਨੇ ਜੀ ਛੋਟਾ ਭਰਾ ਏ ਤੇ ਉਹਦੀ ਫੈਮਿਲੀ ਆ ਤੇ ਸਾਡੀ ਛੋਟੀ ਭਤੀਜੀ ਹੈ ਜੀ ਮੇਰੀ ਬਹੁਤ ਜਲਦੀ ਤੁਹਾਡੀ ਫੈਮਿਲੀ ਵੀ ਹੋ ਜਾਣੀ ਫਿਰ ਅਸੀਂ ਉੱਥੇ ਹੀ ਪਹੁੰਚ ਕੇ ਰੌਣਕਾਂ ਲਾਉਣੀਆਂ ਜੀ ਚਲੋ ਵਾਹਿਗੁਰੂ ਦੀ ਕਿਰਪਾ ਜੀ ਜਿਵੇਂ ਹੁਕਮ ਆਊਗਾ ਜੀ ਉਸਦੇ ਹੁਕਮ ਤੋਂ ਬਾਹਰ ਨਹੀਂ ਹੈਗੇ ਅੱਛਾ ਬਾਬਾ ਜੀ ਇੱਕ ਮੈਂ ਗੱਲ ਪੁੱਛਣੀ ਸੀਗੀ ਜਿਵੇਂ ਤੁਸੀਂ ਹੁਣ ਕਹਿੰਦੇ ਕਿ 6 ਲੀਟਰ ਦੁੱਧ ਪੀਂਦੇ ਹੋ ਕਿ ਅਨਲਿਮਿਟਡ ਖਾਂਦੇ ਹੋ ਹੁਣ ਇੱਕ ਮਿੱਥ ਬਣ ਜਾਂਦੀ ਕਈ ਵੇਲੇ ਨਾਨਕ ਭਾਅ ਜੀ ਮਿੱਥ ਬਣ ਜਾਂਦੀ ਕਿ ਯਾਰ ਚਿਕਨ ਖਾਣਾ ਹੀ ਪੈਣਾ ਜਿਵੇਂ ਰੈਸਲਰ ਆ ਉਹਨਾਂ ਦਾ ਆਪਾਂ ਜਦੋਂ ਡਾਇਟ ਪਲਾਨ ਦੇਖਿਓ ਕਹਿੰਦੇ ਕਿ ਜੀ ਮੈਂ ਇੰਨੇ ਮੁਰਗੇ ਖਾਂਦਾ ਆਂਡੇ ਖਾਂਦਾ ਪਰ ਇੱਧਰ ਦੇਖੋ ਜੀ ਦੀ ਜਾਗ ਦੀ ਮਿਸਾਲ ਆ ਕਿ ਦੇਸੀ ਖੁਰਾਕ ਖਾ ਕੇ ਵੀ ਤੁਹਾਡੇ ਅੰਦਰ ਬਲ ਜਿਹੜਾ ਉਹ ਬਣਦਾ ਦੇਖੋ ਜੀ ਇਹਦਾ ਇੱਕ ਹੀ ਪ੍ਰਮਾਣ ਹੈ ਸਾਡੇ ਮੈਂ ਚਲੋ ਅੱਜ ਦੇ ਰੈਸਲਰ ਸਾਰੇ ਚਲੋ ਆਪਣੀ ਆਪਣੀ ਜਗ੍ਹਾ ਸਭ ਸਹੀ ਨੇ ਜੋ ਕਰਦੇ ਨੇ ਠੀਕ ਹੈ ਪਰ ਸਾਡੇ ਹੁਣ ਪਹਿਲਾਂ ਸਿੰਘ ਸੂਰਮੇ ਹੋਏ ਨੇ ਹਰੀ ਸਿੰਘ ਨਲੂਏ ਵਰਗੇ ਦੇਸੀ ਖੁਰਾਕ ਖਾਂਦੇ ਸੀ ਕੋਈ ਆਹ ਚੀਜ਼ਾਂ 'ਤੇ ਤਾਂ ਹੈ ਨਹੀਂ ਤੇ ਬਿਲਕੁਲ ਦੇਖੋ ਉਹਨਾਂ ਦੇ ਹੱਥ ਵਿੱਚ ਇੰਨੀ ਪਾਵਰ ਸੀ ਕਿ ਸ਼ੇਰ ਦਾ ਜਬਾੜਾ ਖੋਲ੍ਹ ਦਿੰਦੇ ਸੀ ਪਾੜ ਦਿੰਦੇ ਸੀ ਕਿ ਅੱਜ ਦੇ ਰੈਸਲਰ ਜੋ ਮਾਸ ਖਾਂਦੇ ਨੇ ਉਹ ਪਾੜ ਦੇਣਗੇ ਦੇਸੀ ਖੁਰਾਕ ਹੈ ਅਤੇ ਗੁਰੂ ਦਾ ਬਾਣਾ ਅਤੇ ਬਾਣੀ ਹੈ ਸਭ ਨੂੰ ਬੜੀ ਤਾਕਤ ਹੈ ਜਿਹਦੇ ਮੂਹਰੇ ਹੋਰ ਕੋਈ ਚੀਜ਼ ਮੈਨੇ ਨਹੀਂ ਰੱਖਦੀ ਤਾਂ ਸੁੱਖੇ ਬਾਈ ਜੀ ਬਾਰੇ ਗੱਲ ਕਹਿਣੀ ਚਾਹਾਂਗਾ ਕਿ ਹਰ ਵੇਲੇ ਗੁਰੂ ਦਾ ਨਾਮ ਧਿਆਉਂਦੇ ਹਾਂ ਸਾਂਭਿਆ ਹੋਇਆ ਹੈ ਸਰੀਰ ਜੀ ਇਹ ਮਜ਼ਲੂਮਾਂ ਲਈ ਬਣਦੇ ਨੇ ਢਾਲ ਅਤੇ ਵੈਰੀ ਲਈ ਬਣਦੇ ਨੇ ਤੀਰ ਜੀ ਅੱਛਾ ਨਾਨਕ ਭਾਅ ਜੀ ਮੈਂ ਤੁਹਾਡੇ ਵੀ ਜਿਹੜੇ ਗੱਤਕੇ ਦੇ ਜੌਹਰ ਦੇਖਦਾ ਉਹਨਾਂ ਕਿਰਪਾਨ ਜਦੋਂ ਸੁੱਖੇ ਬਾਈ ਜੀ ਦੇ ਇੱਥੇ ਹਿੱਕ ਨਾਲ ਲਾਉਂਦੇ ਹੋ ਤਾਂ ਉਹ ਵੀ ਜਿਵੇਂ ਫੋਲਡ ਹੋ ਜਾਂਦੀ ਆ ਉਹਦੇ ਲਈ ਕਿੰਨੀ ਕੁ ਪ੍ਰੈਕਟਿਸ ਕਰਨੀ ਪੈਂਦੀ ਆ ਭਾਅ ਜੀ ਬਹੁਤ ਲੌਂਗ ਪ੍ਰੈਕਟਿਸ ਆ ਤਕਰੀਬਨ ਰੋਜ਼ ਦੇ 2-2.5 ਘੰਟੇ ਦਾ ਅਭਿਆਸ ਆ ਜੀ ਅੱਛਾ ਜੀ ਜੋ ਕੁਛ ਵੀ ਕਰਦੇ ਹਾਂ ਜੀ ਹੈਗਾ ਰਿਐਲਿਟੀ ਆ ਸਾਰਾ ਕੁਛ ਹਾਂਜੀ ਠੀਕ ਹੈ ਜੀ ਜ਼ੋਰ ਤਾਂ ਲੱਗਦਾ ਜੀ ਮੋੜਨ ਵਿੱਚ ਵੀ ਲੱਗਦਾ ਆ ਅਤੇ ਮੂਹਰੇ ਸਹਿਣ ਵਿੱਚ ਵੀ ਜ਼ੋਰ ਲੱਗਦਾ ਵਿੱਚ ਵੀ ਲੱਗਦਾ ਹਾਂਜੀ ਅੱਛਾ ਇੱਕ ਨਾ ਮੈਂ ਹੋਰ ਤੁਹਾਡਾ ਜ਼ੋਰ ਦੇਖਿਆ ਸੀਗਾ ਕਿ ਜਿਵੇਂ ਨਾਰੀਅਲ ਹੁੰਦਾ ਨਾਰੀਅਲ ਨੂੰ ਬ੍ਰੇਕ ਕਰਦੇ ਹੋ ਉਹਦੇ ਵਿੱਚ ਬੜੀ ਕੰਸਨਟ੍ਰੇਸ਼ਨ ਚਾਹੀਦੀ ਕਿਉਂਕਿ 1 ਸੈਕਿੰਡ ਬਾਅਦ ਜਿਹੜੇ ਬਾਕੀ ਸਿੰਘ ਆ ਉਹ ਨਾਰੀਅਲ ਰੱਖੀ ਜਾਂਦੇ ਆ ਔਰ ਤੁਸੀਂ ਜਿਹੜੀ ਪਾਵਰ ਆ ਉਹ ਇਸ ਹਿਸਾਬ ਨਾਲ ਯੂਜ਼ ਕਰਨੀ ਪੈਂਦੀ ਹੈ ਕਿ ਮੂਹਰਲੇ ਦੇ ਸੱਟ ਵੀ ਨਾ ਲੱਗੇ ਅਤੇ ਉਹ ਟੁੱਟ ਵੀ ਜਾਵੇ ਉਹਦੇ ਵਿੱਚ ਕਿੰਨੀ ਕੁ ਕੰਸਨਟ੍ਰੇਸ਼ਨ ਚਾਹੀਦੀ ਹੈ ਭਾਅ ਜੀ ਮਿਹਨਤ ਹੀ ਹੈ ਜੀ ਠੀਕ ਆ ਹੁਣ ਤਾਂ ਮਿਹਨਤ ਆ ਅਤੇ ਤਜਰਬਾ ਬਹੁਤ ਹੋ ਗਿਆ ਜੀ ਹੁਣ ਤਾਂ ਪਤਾ ਲੱਗ ਜਾਂਦਾ ਵੀ ਨਾਰੀਅਲ ਡਿੱਗੂਗਾ ਜਾਂ ਨਹੀਂ ਡਿੱਗੂਗਾ ਨਹੀਂ ਮੈਂ ਵੀਡੀਓ ਦੇਖ ਰਿਹਾ ਸੀ ਇੱਥੇ ਆਉਣ ਤੋਂ ਪਹਿਲਾਂ ਮੇਰੇ ਖਿਆਲ ਬਾਈ ਜੀ ਸੀਗੇ ਨਾਰੀਅਲ ਰੱਖੀ ਜਾਂਦੇ ਤੁਸੀਂ ਭੰਨੀ ਜਾਂਦੇ ਹੋ ਔਰ ਇੰਨੀ ਕੰਸਨਟ੍ਰੇਸ਼ਨ ਹੈ ਕਿ ਮੋਰਲੇ ਵਾਲੇ ਦੇ ਸੱਟ ਵੀ ਨਹੀਂ ਲੱਗਣੀ ਚਾਹੀਦੀ ਨਾਰੀਅਲ ਟੁੱਟਣਾ ਵੀ ਚਾਹੀਦਾ ਬਿਲਕੁਲ ਬਿਲਕੁਲ ਜੀ ਮੈਂ ਪਹਿਲੇ ਕਿਹਾ ਜੀ ਮਿਹਨਤ ਬਹੁਤ ਜ਼ਿਆਦਾ ਇਸ ਟਾਈਮ ਜੀ ਠੀਕ ਹੈ ਜੀ ਜੋ ਵੀ ਅਭਿਆਸ ਆ ਅਭਿਆਸ ਦੇ ਨਾਲ ਹੀ ਸਾਰੀ ਕੁਛ ਕਰੀਦਾ ਹੈ ਜੀ ਇਹ ਹਾਂਜੀ ਅਤੇ ਇਹ ਵੀ ਗੱਲ ਨਾਨਕ ਜੀ ਦੀ ਬਹੁਤ ਅੱਛੀ ਹੈ ਕਿ ਕਿਰਪਾਨ ਨੂੰ ਜਿਹਨੇ ਫੋਲਡ ਕਰਨਾ ਜਿਹਨੇ ਜ਼ੋਰ ਮਾਰਨਾ ਉਹਦੇ ਵੀ ਉਹਦਾ ਵੀ ਅਭਿਆਸ ਚਾਹੀਦਾ ਜਿਹੜਾ ਸਹਿੰਦਾ ਆ ਉਹਦੇ 'ਤੇ ਵੀ ਮਹਾਰਾਜ ਦੀ ਬਖਸ਼ਿਸ਼ ਹੈ ਅੱਛਾ ਮੈਂ ਸੁੱਖੇ ਬਾਈ ਜੀ ਤੁਹਾਡੀ ਇੱਕ ਹੋਰ ਵੀਡੀਓ ਦੇਖੀ ਸੀ ਬਾਬਾ ਜੀ ਕਿ 2 ਸਪਲੈਂਡਰ ਮੋਟਰਸਾਈਕਲ ਬਾਹਾਂ ਵਿੱਚ ਤੁਸੀਂ ਪਾ ਲੈਂਦੇ ਹੋ ਰੱਸੀਆਂ ਅਤੇ ਉਹ ਫਿਰ ਅੱਗੇ ਨਹੀਂ ਨਿਕਲਦੇ ਉਹਨਾਂ ਦਾ ਧੂੰਆਂ ਨਿਕਲ ਜਾਂਦਾ ਇਹ ਧੂੰਆਂ ਕਿੰਨੀ ਕੁ ਦੇਰ ਤੋਂ ਕੱਢਦੇ ਪਏ ਹੋ ਤੁਸੀਂ ਜਦੋਂ ਤੋਂ ਗਰੁੱਪ 'ਚ ਆਏ ਹਾਂ ਜੀ ਜਦੋਂ ਤੋਂ ਗੁਰੂ ਨੇ ਇੱਧਰ ਜੋੜੇ ਆ ਜੋ ਕਰਵਾਈ ਜਾਂਦਾ ਜੀ ਵਾਹਿਗੁਰੂ ਉੱਦਾਂ ਚੱਲੀ ਜਾਂਦੇ ਹਾਂ ਜੀ ਅਤੇ ਹੁਣ ਮੋਹਰੇ ਮੈਂ ਸੁਣਿਆ ਕਿ ਗਿਨਿਸ ਵਰਲਡ ਬੁੱਕ ਰਿਕਾਰਡ ਲਈ ਵੀ ਤੁਸੀਂ ਜਿਹੜੀ ਤਿਆਰੀ ਕਰ ਰਹੇ ਹੋ ਅਤੇ ਬੁਲਟ ਵੀ ਬਾਹਾਂ ਵਿੱਚ ਪਾਉਣੇ ਆ ਕਿੰਨੇ ਬੁਲਟ ਪਾਉਣੇ ਆ ਜੀ ਉਹਨਾਂ ਦੀ ਮਤਲਬ ਰੱਸੀਆਂ ਆ ਸਾਡੇ ਭਾਅ ਜੀ ਬੈਠੇ ਨੇ ਇਹਨਾਂ ਤੋਂ ਪੁੱਛੋ ਜੀ ਮੈਂ ਮਾਫੀ ਚਾਹੁੰਦਾ ਜੀ ਸੀਕਰੇਟ ਹਲੇ ਅੱਛਾ ਜੀ ਦੱਸ ਨਹੀਂ ਸਕਦੇ ਪਰ ਕਰਾਂਗੇ ਜ਼ਰੂਰ ਜੀ ਠੀਕ ਹੈ ਜੀ ਹਾਂਜੀ ਪਰ ਇੱਦਾਂ ਆ ਜੀ ਅਤੇ ਇੱਕ ਵਾਰ ਤਾਂ ਸੋਚ ਨਹੀਂ ਪਾ ਦੇਵਾਂਗੇ ਵੀ ਕੰਮ ਹੋਇਆ ਕਿੱਦਾਂ ਇਹ ਅੱਛਾ ਬਹੁਤ ਤਕੜੀ ਤਿਆਰੀ ਕਰ ਰਹੀ ਹੈ ਜੀ ਚਲੋ ਮਹਾਰਾਜ ਕਿਰਪਾ ਕਰਨ ਔਰ ਤੁਸੀਂ ਜਿਵੇਂ ਪਹਿਲਾਂ ਸਾਡਾ ਮਾਣ ਵਧਾਇਆ ਵੀ ਮਾਣ ਵਧਾਉਂਦੇ ਰਹੋ ਜਾਂਦੇ ਜਾਂਦੇ ਕੋਈ ਸੁਨੇਹਾ ਦਰਸ਼ਕਾਂ ਨੂੰ ਦੇਣਾ ਚਾਹੋ ਦਲੇਰ ਖਾਲਸਾ ਗਰੁੱਪ ਨੂੰ ਇਹੀ ਬੇਨਤੀ ਹੈ ਜੀ ਜੋ ਅੱਜ ਕੱਲ੍ਹ ਨੌਜਵਾਨ ਵੀਰ ਹੈਗੇ ਆ ਜੀ ਨਸ਼ਿਆਂ ਦੂਰ ਰਹੋ ਅਸੀਂ ਹਰ ਇੱਕ ਸਟੇਜ 'ਤੇ ਵੀ ਇਹੀ ਕਹਿੰਦੇ ਹਾਂ ਜੀ ਹਰ ਇੱਕ ਰਿਐਲਿਟੀ ਸ਼ੋਅ 'ਚ ਵੀ ਅਤੇ ਇਸ ਟਾਈਮ ਜੋ ਸਭ ਤੋਂ ਵੱਧ ਖੁਰਾਕ ਦੀ ਲੋੜ ਆ ਤੁਸੀਂ ਦੇਖ ਸਕਦੇ ਹੋ ਸੁੱਖਾ ਭਾਅ ਜੀ ਪੂਰੀ ਛਾਇਆ ਹੋਇਆ ਇਸ ਟਾਈਮ ਠੀਕ ਹੈ ਜੀ ਅੱਛਾ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਤੁਹਾਡੀ ਇਨੋਵਾ ਤਾਂ ਜਿਹੜੀ ਉਹ ਟੇਬਲ ਬਣਾਈ ਹੁੰਦੀ ਸੁੱਖੇ ਬਾਈ ਜੀ ਜਦੋਂ ਕਿਤੇ ਬਾਹਰ ਜਾਂਦੇ ਹਨ ਉਹਦੇ ਉੱਤੇ ਰੱਖ ਕੇ ਬੜੇ ਆਰਾਮ ਨਾਲ ਰੋਟੀ ਖਾਂਦੇ ਉਹ ਤਾਂ ਵੀਰ ਜੀ ਦੀ ਵੈਸੇ ਵੀਡੀਓ ਪਾਈ ਸੀ ਉਹ ਜਾਨੀ ਮੇਰੀ ਮੈਨੂੰ ਟੱਪ ਗਈ ਜੀ ਹਾਂਜੀ ਭਾਈ ਦਾ ਹਾਈਟ ਬਹੁਤ ਜ਼ਿਆਦਾ ਨਾ ਜੀ ਅਤੇ ਉਹ ਇੱਦਾਂ ਲੱਗਦੀ ਤਾਂ ਮੇਰੇ ਟੇਬਲ ਪਿਆ ਹੁੰਦਾ ਜੀ ਇਨੋਵਾ ਗੱਡੀ ਵੀ ਐਂ ਲੱਗਦੀ ਸੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਇਨੋਵਾ ਗੱਡੀ ਵੀ ਐਂ ਲੱਗਦੀ ਸੀ ਜਿਵੇਂ ਟੇਬਲ 'ਤੇ ਰੱਖ ਕੇ ਸੁੱਖਾ ਬਾਈ ਜੀ ਸੁੱਖਾ ਬਾਬਾ ਜੀ ਜਿਹੜੇ ਰੋਟੀ ਖਾ ਰਹੇ ਬਾਬਾ ਜੀ ਇਹ ਵੈਸੇ ਹੀ ਹੋ ਗਿਆ ਸੀਗਾ ਜਿਵੇਂ ਕਹਿੰਦੇ ਕਿ ਕਈ ਵੇਲੇ ਮੂਮੈਂਟ ਆ ਜਾਂਦੀ ਹੈ ਕਿ ਕੋਈ ਸੋਚ ਕੇ ਵੀਡੀਓ ਬਣਾਈ ਸੀ ਨਹੀਂ ਜੀ ਕੋਈ ਸੋਚ ਕੇ ਨਹੀਂ ਤੀ ਬਣਾਈ ਚਲੋ ਢਾਬੇ 'ਤੇ ਰੋਕੀ ਤੀ ਗੱਡੀ ਪ੍ਰਸ਼ਾਦਾ ਛਕਣ ਵਾਸਤੇ ਜੀ ਅਤੇ
ਇੱਕ ਸਾਈਡ ਚਲਿਆ ਜਾਂਦਾ ਹੁੰਦਾ, ਅਲੱਗ ਹੋ ਜਾਂਦਾ। ਠੀਕ ਹੈ ਜੀ। ਤੇ ਮੈਂ ਉਕਣੇ ਆਪਣਾ ਪ੍ਰਸ਼ਾਦਾ ਚੱਕਿਆ ਤੇ ਮੈਂ ਆਪਣਾ ਗੱਡੀ ਵੱਲ ਨੂੰ ਚਲਿਆ ਗਿਆ। ਅੱਛਾ ਜੀ। ਤੇ ਮੈਂ ਜਾ ਕੇ ਉੱਥੇ ਦੇਖਿਆ, ਮੈਂ ਚੱਲ ਗੱਡੀ ਦੇ ਉੱਪਰ ਪ੍ਰਸ਼ਾਦਾ ਆਪਣੀ ਪਲੇਟ ਰੱਖੀ ਛਕਣ ਲੱਗ ਗਿਆ। ਜੀ ਜੀ। ਤੇ ਨਾਨਕ ਭਾਜੀ ਪਿੱਛੇ ਤੋਂ ਆਏ, ਉਹਨਾਂ ਨੇ ਕੈਮਰਾ ਚਾਲੂ ਕੀਤਾ ਹੋਇਆ ਸੀ ਤੇ ਉਹਨਾਂ ਨੇ ਨਾਲ ਦੀ ਨਾਲ ਵੀਡੀਓ ਬਣਾ ਲਈ। ਅੱਛਾ ਜੀ। ਤੇ ਉਹ ਬੜੀ ਵਾਇਰਲ ਹੋ ਗਈ। ਵਾਇਰਲ ਹੋ ਗਈ ਜੀ। ਹਾਂਜੀ। ਕੋਈ ਜਾਂਦੇ ਜਾਂਦੇ ਸੁਨੇਹਾ ਜੀ? ਸੁਨੇਹਾ ਜੀ ਬਸ ਇੱਕੋ ਹੈ ਕਿ ਜੋ ਪੰਜਾਬ ਦੇ ਅੱਜ ਕੱਲ੍ਹ ਹਾਲਾਤ ਨੇ ਨਸ਼ੇ ਦੇ, ਨੌਜਵਾਨੀ ਨੂੰ ਹੱਥ ਬੰਨ ਕੇ ਬੇਨਤੀ ਹੈ, ਸੱਤ ਕਿਲੋ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ। ਤੇ ਜੀ ਉਹ ਬੇਨਤੀ ਹੈ ਵੀ ਉਹ ਤੋਂ ਬਚੋ ਜੀ, ਖੁਰਾਕ ਖਾਓ, ਮਿਹਨਤ ਕਰੋ ਅਤੇ ਆਪਣੇ ਮਾਂ ਪਿਓ ਦਾ ਅਤੇ ਆਪਣੇ ਨਗਰ ਦਾ, ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੋ ਜੀ। ਅੱਛਾ, ਮੈਂ ਗੱਲ ਫਿਰ ਸ਼ੁਰੂ ਹੋ ਜਾਣੀ ਜੀ। ਨਾਨਕ ਭਾਅ ਜੀ ਮਨ ਵਿੱਚ ਉਹੀ ਵਿਚਾਰ ਹੈ, ਜਿਹੜਾ ਗੁਰੂ ਦੇ ਲੜ ਲੱਗ ਗਿਆ ਉਹਨੂੰ, ਜਿਹਨੂੰ ਨਾਮ ਦੀ ਖਮਾਰੀ ਚੜ੍ਹ ਜਾਂਦੀ ਹੈ ਉਹ ਫਿਰ ਨਸ਼ਿਆਂ ਤੋਂ ਦੂਰ ਹੋ ਜਾਂਦਾ। ਨੌਜਵਾਨਾਂ ਨੂੰ ਗੁਰੂ ਦੇ ਲੜ ਵੀ ਲੱਗਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਹੁਣ ਸਮਾਂ ਵੀ ਮੰਗ ਕਰਦਾ ਹੈ ਜੀ, ਅਤੇ ਵੱਧ ਤੋਂ ਵੱਧ ਵੀਰ ਅੰਮ੍ਰਿਤ ਛਕਣ, ਨਸ਼ਿਆਂ ਦੂਰ ਰਹਿਣ ਜੀ, ਸਿੰਘ ਲੱਜਣ ਜੀ। ਭਾਅ ਜੀ ਤੁਸੀਂ ਵੀ ਕੋਈ ਦੋ ਸ਼ਬਦ? ਸਾਡੇ ਲੱਭੀ ਭਾਅ ਜੀ ਨੇ ਜੀ, ਅੱਛਾ ਜੀ, ਇਹ ਅੱਖਾਂ 'ਤੇ ਨੂਣ ਪਾ ਕੇ ਸਟੰਟ ਕਰਦੇ ਨੇ ਜੀ। ਅੱਛਾ ਜੀ। ਹਾਂਜੀ। ਬੜਾ ਬੜਾ ਸਾਡਾ ਇਹ ਵੀ ਟੀਮ ਦੇ ਵਿੱਚ ਅਹਿਮ ਇਹਨਾਂ ਦਾ ਰੋਲ ਹੈ ਜੀ। ਅੱਛਾ, ਜਦੋਂ ਇੰਟਰਨੈਸ਼ਨਲੀ ਅਸੀਂ ਦੇਖਦੇ ਹਾਂ ਤੁਸੀਂ ਅੱਖਾਂ ਵਿੱਚ ਲੂਣ ਪਾ ਲੈਂਦੇ ਫਿਰ ਗੋਰੇ ਕਰਦੇ, ਓ ਬਾਈ ਗੋਡ, ਵਾਹ ਇੱਦਾਂ ਕਰਦੇ ਆ। ਹਾਂਜੀ ਹਾਂਜੀ। ਉਹਦੇ ਬਾਅਦ ਗੁਰੂ ਸਾਹਿਬ ਦੀ ਕਿਰਪਾ ਹੁੰਦੀ, ਉਸ ਵੇਲੇ ਸ਼ਹੀਦਾਂ ਸਿੰਘਾਂ ਦਾ ਵਰਤਾਰਾ ਹੁੰਦਾ ਕੋਈ, ਬਸ ਯਾਨੀ ਕਿ ਬਾਕੀ ਮਹਾਰਾਜ ਦੇ ਲੜ ਲੱਗੇ ਹੋ ਜੀ, ਗੁਰੂ ਸਾਹਿਬ ਨਾਲ ਜੁੜੇ। ਬੰਦੇ ਦੀ ਅੱਖ ਵਿੱਚ ਮੜ ਜਾ ਪਿੰਚ ਜਿਹਾ ਵੀ ਲੂਣ ਪੈ ਜਾਵੇ ਬੰਦੇ ਦਾ ਤਰਾਹ ਨਿਕਲ ਜਾਂਦਾ। ਤੁਹਾਡੇ ਤਾਂ ਮੇਰੇ, ਮੈਂ ਦੇਖਿਆ ਕਈ ਲਿਫਾਫੇ ਭਰ ਭਰ ਕੇ ਪਾਉਂਦੇ ਆ। ਇੱਕ ਲਿਫਾਫਾ ਪੂਰਾ ਹੁੰਦਾ ਜੀ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਕਰਤੱਵ ਦਿਖਾ ਦਿੰਦੇ ਹੋ ਫਿਰ ਅੱਖਾਂ 'ਚੋਂ ਕਿੰਨੀ ਦੇਰ ਲੱਗਦੀ ਹੈ ਲੂਣ ਨੂੰ ਕੱਢਣ ਲਈ? ਕੁਛ ਨਹੀਂ ਜੀ, ਉਸੇ ਵੇਲੇ ਬਾਲਟੀ ਕੋਲੇ ਹੁੰਦੀ ਪਾਣੀ ਦੀ ਰਖਾਈ ਅਸੀਂ ਅਤੇ ਧੋ ਲਈ ਦਾ ਦਵਾ ਦਾ ਉਸੇ। ਅਤੇ ਪਰਫੋਰਮੈਂਸ ਤੋਂ ਬਾਅਦ ਅੱਖਾਂ ਰੜਕਦੀਆਂ ਵੀ ਰਹਿੰਦੀਆਂ? ਨਹੀਂ ਜੀ, ਅੱਜ ਤੱਕ ਕੋਈ ਪ੍ਰੋਬਲਮ ਨਹੀਂ ਰੱਖਣ ਰੜਕਣ ਦਾ। ਸਿੰਘਾਂ ਦਾ? ਹਾਂਜੀ ਹਾਂਜੀ, ਜਿਹੜਾ ਪ੍ਰਤਾਪ ਹੈ ਜੀ। ਹਾਂਜੀ। ਅੱਛਾ ਜੀ। ਬਾਈ ਜੀ ਨੂੰ ਵੀ ਇੰਟਰੋਡਿਊਸ ਕਰਾ ਦਿਓ ਜੀ, ਤੁਸੀਂ ਵੀ ਜ਼ਰੂਰ ਦੱਸੋ, ਇਹ ਦੱਸੋ ਸੁੱਖ ਬਾਬਾ ਜੀ ਇਹਨਾਂ ਬਾਰੇ ਜਾਣਕਾਰੀ ਦਿਓ। ਸਾਡੇ ਰਾਣਾ ਭਾਅ ਜੀ ਨੇ ਜੀ। ਅੱਛਾ ਜੀ। ਇਹ ਵੀ ਟੀਮ ਦੀ ਜਾਨ ਨੇ ਸਾਡੀ ਵੀ, ਹਸਮੁਖ ਨੇ ਬੜੇ ਪੂਰੇ ਜੀ ਜੀ, ਗੁਰੂ ਦੀ ਕਿਰਪਾ ਜੀ। ਸਭ ਤੋਂ ਵੱਡੀ ਗੱਲ ਇਹ ਆ, ਇਹ ਭਾਜੀ ਦੇ ਉੱਪਰੋਂ JCB ਲਗਾਈ ਦੀ ਹੈ ਜੀ। ਅੱਛਾ। ਹਾਂ, ਤੁਸੀਂ ਦੇਖਿਆ ਹੋਣਾ ਵੀ ਭਾਜੀ ਦੀ ਵੀਡੀਓ ਬਹੁਤ ਵਾਇਰਲ ਹੋਈ ਆ। ਅੱਛਾ। ਤੇ ਮੇਰੇ ਹਿਸਾਬ ਨਾਲ 7.5 ਕੁਇੰਟਲ ਦੀ ਹੁੰਦੀ ਹੈ ਜੀ ਉਹ JCB ਭਾਰ ਉਹਦਾ, ਉਹ ਯਾਨੀ ਉੱਪਰੋਂ ਪੂਰੀ ਚੜ੍ਹਦੀ ਆ। 7.5 ਕੁਇੰਟਲ ਨਹੀਂ, 7.5 ਟਨ, 7.5 ਟਨ, 75 ਕੁਇੰਟਲ ਵੀ, 75 ਕੁਇੰਟਲ ਵੀ ਜੀ। ਵਾਹਿਗੁਰੂ ਵਾਹਿਗੁਰੂ, ਬੜੀ ਕਿਰਪਾ ਜੀ ਤੁਹਾਡੇ ਤੇ ਮਹਾਰਾਜ ਦੀ, ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੀ ਆ ਜੀ। ਤੇ ਬਾਕੀ ਨਾਨਕ ਭਾਜੀ ਦੇ ਉਦਮ ਸਦਕਾ ਜੀ, ਜਦ ਇਹਨਾਂ ਨਾਲ ਜੁੜੇ ਆ ਬੜੇ ਮਹਾਰਾਜ ਨੇ ਮਾਣ ਬਖਸ਼ਿਆ ਜੀ, ਅਤੇ ਬਹੁਤ ਬੜਬੜੀਆਂ ਸਟੇਜਾਂ 'ਤੇ ਨਾਨਕ ਭਾਅ ਜੀ ਅਤੇ ਗੁਰੂ ਸਾਹਿਬ ਨੇ ਸਾਨੂੰ ਦਿਖਾਤੀਆਂ ਜੀ। ਸਿੰਗਾਪੁਰ ਜਾ ਕੇ ਉੱਥੇ ਵੀ ਸੰਗਤ ਨੇ ਬੜਾ ਪਿਆਰ ਬਖਸ਼ਿਆ। ਬਸ ਅੱਜ ਇਹੀ ਅਰਦਾਸ ਹੈ ਵੀ ਗੁਰੂ ਸਾਹਿਬ ਸਾਨੂੰ ਹਮੇਸ਼ਾ ਇੱਦਾਂ ਚੜ੍ਹਦੀ ਕਲਾ 'ਚ ਹੀ ਰੱਖਣ ਜੀ, ਅਤੇ ਸਾਡੇ ਨਾਨਕ ਵੀਰ ਜੀ ਨੂੰ ਚੜ੍ਹਦੀ ਕਲਾ 'ਚ ਰੱਖਣ। ਕਿਹਾ ਸੀ ਪੂਰੇ ਵਰਲਡ 'ਚ ਇੱਕ ਵਾਰੀ ਦਲੇਰ ਖਾਲਸਾ ਦੀ ਧੁੱਕ ਪਾ ਕੇ ਹੀ ਪਿੱਛੇ ਮੁੜਾਂਗੇ ਜੀ ਹੁਣ। ਵੈਸੇ ਵੀ ਮੈਨੂੰ ਲੱਗਦਾ JCB ਵਾਲੇ ਕਹਿੰਦੇ ਹੁਣ ਕਿ JCB ਨੂੰ ਥੋੜ੍ਹਾ ਵਧਾ ਲਓ, 90 ਕੁ ਟਨ ਦੀ ਕਰ ਲਓ, ਕਿਉਂਕਿ ਦਰੇਲ ਖਾਲਸਾ ਗਰੁੱਪ ਵਾਲੇ ਜਿਹੜੇ ਆ ਅਭਿਆਸ ਕਰ ਕਰਕੇ ਸਾਨੂੰ ਫੇਲ ਕਰੀ ਜਾਂਦੇ ਆ। ਬਿਲਕੁਲ ਜੀ, ਬਿਲਕੁਲ ਜੀ। ਅਤੇ ਇਹ ਪਹਿਲੀ ਵਾਰੀ ਲੰਘਾਈ ਸੀ ਜੀ ਆਪਣੇ ਦੇਹਰਾਦੂਨ ਵਿੱਚ। ਅੱਛਾ ਜੀ। ਅਤੇ ਉੱਥੇ ਬਹੁਤ ਵੱਡਾ ਸਟੇਜ ਉਹ ਸੀ, ਅਤੇ ਉਹਨਾਂ ਨੇ ਸੰਗਤ ਵਿੱਚੋਂ ਕਹਿ ਤਾ ਜੀ। ਅੱਛਾ ਜੀ। ਕਹਿੰਦੇ ਜੀ ਟਰੈਕਟਰ ਤਾਂ ਅੱਜ ਕੱਲ੍ਹ ਸਾਰੇ ਲੰਘਾਉਂਦੇ ਆ। ਅੱਛਾ। ਵੀ ਜੇ ਤੁਹਾਨੂੰ ਅਸੀਂ JCB ਲੰਘਾਈਏ ਤਾਂ ਤੁਸੀਂ ਲੰਘਾਵਾਂਗੇ। ਅਸੀਂ ਕੋਈ ਪ੍ਰੈਕਟਿਸ ਨਹੀਂ ਕੀਤੀ ਸੀ ਵੈਸੇ। ਅੱਛਾ, ਉਦੋਂ ਪ੍ਰੈਕਟਿਸ ਨਹੀਂ ਕੀਤੀ ਸੀ। ਦਿਲ ਵਿੱਚ ਡਰ ਵੀ ਹੈਗਾ ਸੀ ਵੀ ਕੋਈ ਮਹਾਰਾਜ ਉੱਦਾਂ ਵਰਤਾਰਾ ਨਾ ਵਰਤਾਵੇ ਨਾ, ਅਤੇ ਪਰ ਬੜੀ ਸ਼ਹੀਦਾਂ ਸਿੰਘਾਂ ਦੀ ਕਿਰਪਾ ਰਹੀ ਜੀ, ਪਹਿਲੇ ਹੀ ਵਾਰੀ ਹੀ ਲਗਾ ਕੇ ਬੜੀ ਮਹਾਰਾਜ ਨਾ। ਕੋਈ ਭਾਈ ਸਾਡੇ ਕੋਲ ਸਟੈਂਡ ਸੀਗਾ ਜੀ ਕੋਈ, ਨਹੀਂ ਤਾਂ ਕਈ ਨਾ ਲੋਹੇ ਦਾ ਸਟੈਂਡ ਬਣਾਉਂਦੇ ਆ, ਅਸੀਂ ਸਿਰਫ ਉਹਨਾਂ ਨੂੰ ਕਿਹਾ ਵੀ ਸਾਨੂੰ ਤੁਸੀਂ ਇੱਟਾਂ ਦੇ ਦਿਓ 20। ਅੱਛਾ। ਇੱਟਾਂ ਟਕਾ ਕੇ ਹੀ ਅਸੀਂ ਜਾਣੀ ਕਿ ਉਦੋਂ JCB ਨੇ ਰਾਣੇ ਭਾਜੀ ਦੇ ਰਾਣੇ ਭਾਜੀ ਦੇ ਮੈਂ ਤੁਹਾਨੂੰ ਜੀ ਵੀਡੀਓ ਦਊਂਗਾ ਉਹ, ਤੁਸੀਂ ਚਲਾਇਓ ਜ਼ਰੂਰ ਵਿੱਚ ਇਹਦੇ ਜੀ ਜੀ, ਉਸ ਟਾਈਮ ਦਾ ਜੋਸ਼ ਦੇਖਿਓ ਭਾਜੀ ਦਾ ਕੀ ਹੈ। ਅੱਛਾ ਰਾਣਾ ਭਾਜੀ ਜੀ, ਮਨ 'ਚ ਇੱਕ ਵਾਰ ਵੀ ਨਹੀਂ ਸਵਾਲ ਆਇਆ ਕਿ ਯਾਰ JCB ਟਰੈਕਟਰ ਤੋਂ ਸਿੱਧਾ JCB 'ਤੇ ਆ ਰਹੇ ਆ, ਉਹ ਵੀ 75 ਟਨ ਦੀ? ਭਾਜੀ ਇੱਦਾਂ ਹੈ ਨਾ ਜੀ, ਜਦੋਂ ਇੱਦਾਂ ਨੂੰ ਅਸੀਂ ਹੁਣ ਨਾ ਇਸ ਤੁਰ ਪਏ ਤਾਂ ਗੱਤ ਕਿਸੇ ਚੇਤਾ ਜੀ ਭਾਜੀ ਦੇ ਨਾਲ, ਦੋ ਮਤਲਬ 2011 ਤੋਂ 10-11 ਤੋਂ ਬਾਅਦ ਨਾਨਕ ਭਾਜੀ ਨੇ ਵੀਡੀਓ ਦਿਖਾਉਣੀ ਹੁੰਦੀ ਸਾਨੂੰ ਜੀ, ਬਾਅਦ 'ਚ ਸੋਚੀਦਾ ਜੀ ਕੀ ਇਹਦਾ ਮਤਲਬ ਅੰਜਾਮ ਹੋਣਾ ਜਾਂ ਕੁਛ ਦੀ। ਜਦੋਂ ਨਾਨਕ ਭਾਜੀ ਨੇ ਇੱਕ ਵਾਰੀ ਸਾਨੂੰ ਕਹਿਤਾ ਨਾ ਜੀ ਮਤਲਬ ਆਹ ਕੰਮ ਆਪਾਂ ਕਰਨਾ ਆ, ਫਿਰ ਜਾਣ ਦੀ ਕੋਈ ਪਰਵਾਹ ਨਹੀਂ, ਬਾ ਨਾਨਕ ਭਾਜੀ ਦਾ ਬੋਲ ਪਕਾਉਣਾ ਹੁੰਦਾ ਜੀ। ਅਤੇ ਗੁਰੂ ਸਾਹਿਬ ਬਾਕੀ ਆਪ ਕਿਰਪਾ ਕਰ ਦਿੰਦੇ ਆ, ਗੁਰੂ ਸਾਹਿਬ ਨੂੰ ਸਨਮੁੱਖ ਹੋ ਕੇ ਜੀ ਸ਼ਾਤਰਾਂ ਨੂੰ ਮੱਥਾ ਟੇਕ ਕੇ, ਅਤੇ ਬਸ ਭਾਜੀ ਜੀ ਇੱਦਾਂ ਥਾਪੀ ਜਦੋਂ ਮਾਰ ਦਿੰਦੇ ਆ ਜੀ, ਫਿਰ ਨਹੀਂ ਕੋਈ ਪਰਵਾਹ ਰਹਿੰਦੀ ਜੀ, ਜੋ ਮਰਜ਼ੀ ਹੋ ਜਾਵੇ ਫਿਰ ਤਾਂ ਜੀ। ਗੱਲ ਇੱਦਾਂ ਜੀ ਕਿ ਜਦੋਂ ਸ਼ਸਤਰਾਂ ਨੂੰ ਅਰਦਾਸ ਕਰਕੇ ਟੀਮ ਤੁਰਦੀ ਹੈ ਜੀ, ਆਪਣੇ ਰੰਗ ਦੇ ਵਿੱਚ ਆਉਂਦੀ ਹੈ ਜੀ, ਗੁਰੂ ਰੰਗ ਦੇ ਵਿੱਚ, ਅਤੇ ਫਿਰ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਗੁਰੂ ਕੀ ਕਰਵਾਉਂਦਾ, ਅਸੀਂ ਵੀ ਬਾਅਦ 'ਚੋਂ ਦੇਖਦੇ ਹਾਂ ਵੀ
ਉਹ ਉਸ ਵਕਤ ਉਹ ਅਕਾਲ ਪੁਰਖ ਦੇ ਉੱਤੇ ਸਭ ਕੁਝ ਛੱਡਿਆ ਹੁੰਦਾ ਜੀ। ਅੱਛਾ ਹਾਂਜੀ, ਪਰ ਹੋਸ਼ ਤਾਂ ਫਿਰ ਵੀ ਕੈਮ ਚਾਹੀਦਾ ਜੀ, ਉਹ ਵੀ ਜੀ। ਚਲੋ ਨਾਨਕ ਜੀ, ਬੜਾ ਚੰਗਾ ਲੱਗਿਆ ਤੁਹਾਡੀ ਟੀਮ ਨਾਲ ਮਿਲ ਕੇ। ਅਸੀਂ ਇੱਕ ਵੀਡੀਓ ਹੋਰ ਜ਼ਰੂਰ ਜਿਹੜੀ ਸੁੱਖੇ ਬਾਬਾ ਜੀ ਨਾਲ ਤੁਹਾਡੇ ਨਾਲ ਕਰਾਂਗੇ, ਜਦੋਂ ਤੁਸੀਂ ਆਪਣੇ ਗੱਤਕੇ ਦੇ ਜੌਹਰ ਦਿਖਾਓਗੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਮਤਲਬ ਗੱਤਕਾ ਗਰੁੱਪ ਜਿਹੜਾ ਦਲੇਰ ਖਾਲਸਾ ਇੰਟਰਨੈਸ਼ਨਲ ਗੱਤਕਾ ਗਰੁੱਪ ਹੈ, ਇਹਨਾਂ ਦੀ ਕੋਈ ਰੀਸ ਨਹੀਂ ਹੈ, ਔਰ ਸਾਡੀ ਹਮੇਸ਼ਾ ਇਹਨਾਂ ਲਈ ਦੁਆ ਹੈ ਕਿ ਚੜ੍ਹਦੀ ਕਲਾ 'ਚ ਰਹਿਣ। ਪਰ ਇਹਨਾਂ ਦੀ ਰੀਸ ਕਰਨੀ ਬਹੁਤ ਔਖੀ, ਉਹ ਅਭਿਆਸ ਨਾਲ ਹੀ ਹੋਣੀ ਹੈ। ਤੁਸੀਂ ਦੇਖ ਕੇ ਇਹਨਾਂ ਦੇ ਸਟੰਟ ਦੇਖ ਕੇ ਸਿੱਧਾ ਹੀ ਘਰ 'ਚ ਟਰਾਈ ਨਾ ਕਰਨ ਲੱਗ ਪਈ, ਕਿਉਂਕਿ ਕਈ ਵੇਲੇ ਬੰਦਾ ਐਕਸਾਈਟਡ ਹੋ ਕੇ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਾਪੀ ਕਰਨ ਦੀ ਕੋਸ਼ਿਸ਼ ਕਰਦਾ, ਉਹਦੇ ਪਿੱਛੇ ਸਾਲਾਂ ਬੱਧੀ ਦਾ ਜਿਹੜਾ ਅਭਿਆਸ ਆ ਉਹ ਤੋਂ ਬਾਅਦ ਹੀ ਇਹ ਚੀਜ਼ਾਂ ਪਰਪੱਕ ਹੁੰਦੀਆਂ। ਪਰ ਉਸ ਤੋਂ ਵੀ ਉੱਪਰਲੀ ਗੱਲ ਜਿਵੇਂ ਸੁੱਖਾ ਬਾਬਾ ਜੀ ਨੇ ਕਹੀ ਹੈ ਕਿ ਮਹਾਰਾਜ ਦਾ ਜਿਹੜਾ ਸਿਰ 'ਤੇ ਹੱਥ ਹੋਣਾ ਬਹੁਤ ਜ਼ਰੂਰੀ ਹੈ। ਔਰ ਰਾਣਾ ਜੀ ਵਾਲੀ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੋ ਗਿਆ ਕਿ ਸੰਗਤ ਨੇ ਵੈਸੇ ਹੀ ਚੈਲੰਜ ਕਰ ਦਿੱਤਾ ਤਾਂ ਇਹਨਾਂ ਨੇ ਚੈਲੰਜ ਅਸੈਪਟ ਵੀ ਕਰ ਲਿਆ, ਅਤੇ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਹਰ ਰੋਜ਼ ਅੱਗੇ ਵਧੀ ਜਾ ਰਹੇ ਆ। ਮੈਂ ਤੁਹਾਨੂੰ ਇੱਕ ਵਾਕਿਆ ਹੋਰ ਦੱਸਦਾ ਭਾਅ ਜੀ, ਅਸੀਂ ਨਾ ਮੱਧ ਪ੍ਰਦੇਸ਼ ਗਏ ਸੀਗੇ ਜੀ, ਸਾਡੇ ਲਗਾਤਾਰ ਪ੍ਰੋਗਰਾਮ ਚੱਲਦੇ ਸੀਗੇ, ਅਤੇ ਉੱਥੇ ਨਾ ਅਸੀਂ ਜਿੱਦਾਂ ਮੋਟਰਸਾਈਕਲ ਪਾ ਕੇ ਰੋਕਦੇ ਹੁੰਦੇ ਸੀ, ਉਦੋਂ ਸੁੱਖਾ ਬਾਬਾ ਜੀ ਅੱਲੇ ਜਾਣੀ ਕਿ ਆਪਾਂ ਮਿਲਾਪ ਨਹੀਂ ਸੀਗਾ, ਚਾਰ ਬੁਲਟ ਮੋਟਰਸਾਈਕਲ ਪਾ ਕੇ ਰੋਕ ਦਿੰਦੇ ਸੀ, ਇੱਦਾਂ ਕਾਫੀ ਵੀਡੀਓ ਹੈਗੀਆਂ ਵਾਇਰਲ ਹੋਈਆਂ। ਉਹ ਨਾ ਮਤਲਬ 7-8 ਦਿਨ ਤੋਂ ਲਗਾਤਾਰ ਇੱਦਾਂ ਚੱਲਦਾ ਸੀ ਨਾ, ਅਤੇ ਇੱਦਾਂ ਬਾਹਾਂ ਛੁੱਟ ਗਈਆਂ, ਕਿਉਂਕਿ ਸੰਗਤ 'ਚ ਹਰ ਤਰ੍ਹਾਂ ਦਾ ਭਾਅ ਜੀ ਇਨਸਾਨ ਹੁੰਦਾ ਆ, ਉਹ ਜਦੋਂ ਇੱਦਾਂ ਮੇਰੇ ਤੋਂ ਮਤਲਬ ਬਾਹਾਂ ਛੁੱਟ ਗਈਆਂ ਨਾ, ਅਤੇ ਉਹਨੇ ਨਾ ਬੰਦਿਆਂ ਨੇ ਰੌਲਾ ਪਾ ਦਿੱਤਾ, ਜੇ ਕਹਿੰਦੇ ਜੀ ਐਵੇਂ ਹੀ ਇੱਦਾਂ ਉੱਦਾਂ, ਜਾਣੀ ਕਿ ਲਾਪੇ ਜਿੱਦਾਂ ਤੁਹਾਨੂੰ ਪਤਾ ਵੀ ਸੰਗਤ ਕੱਢੇ ਕਰਦੇ। ਮਹਾਰਾਜ ਨੇ ਅਸੀਂ ਬਖਸ਼ਿਸ਼ ਕੀਤੀ, ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਦੁਬਾਰਾ ਫੇਰ ਕਰਕੇ ਦਿਖਾਉਂਦੇ। ਅਸੀਂ ਜਦੋਂ 2 ਮਿੰਟ ਬਾਅਦ, ਚਲੋ ਮਹਾਰਾਜ ਨੂੰ ਅਰਦਾਸ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਵੀ ਤੁਸੀਂ ਆਪੇ ਆਪਣੇ ਬਖਸ਼ਿਸ਼ ਕਰਨ ਵਾਲੇ ਆ ਸਾਰੇ ਜਿੱਥੇ, ਦੁਬਾਰਾ ਆਪਾਂ ਫਿਰ ਮੋਟਰਸਾਈਕਲ ਮਤਲਬ ਜ਼ਿਆਦਾ ਕਰਕੇ ਪਾ ਕੇ ਨਾ ਜੀ, ਮੁੜ ਕੇ ਉਹਨਾਂ ਤੋਂ 5-7 ਮਿੰਟ ਐਸਾ ਰਾੜ ਕਢਾਇਆ ਵੀ ਮੋਟਰਸਾਈਕਲ ਅੱਗ ਨਿਕਲਣ ਲੱਗ ਪਈ, ਫਿਰ ਉਹ ਭੱਜ ਗਏ ਸਾਰੇ ਜਿਹੜੇ ਜੀ। ਫਿਰ ਆਪਾਂ ਚੈਲੰਜ ਉਹਨਾਂ ਦਾ ਐਕਸਪੈਕਟ ਕੀਤਾ ਵੀ ਉਹਨਾਂ ਨੂੰ ਕਿਹਾ ਵੀ ਹੁਣ ਆਓ ਮੈਦਾਨ 'ਚ, ਫਿਰ ਉਹ ਭੱਜ ਗਏ ਭਾਅ ਜੀ, ਲੱਭੇ ਹੀ ਨਹੀਂ ਕਿੱਥੇ ਗਏ ਜੀ। ਸੰਗਤ ਨੇ ਬੜਾ ਮਤਲਬ ਮਾਣ ਬਖਸ਼ਿਆ, ਹਾਰ ਪਾ ਤੇ ਚੱਕ ਲਿਆ ਜੀ, ਮੈਨੂੰ ਕਹੀਆਂ ਨੇ ਸੀ ਜੀ ਭਾਰਾ ਭਾਰ, ਫਿਰ ਵੀ ਨਾ ਸੰਗਤ ਇਕੱਠੀ ਹੋ ਕੇ ਮੈਨੂੰ ਚੱਕ ਲਿਆ, ਜਕਾਰੇ ਲਾਏ, ਜਾਣੀ ਇੱਦਾਂ ਵੀ ਵਾਕੇ ਹੋ ਜਾਂਦੇ ਬਾਜ ਬੱਲੇ ਜੀ। ਹਾਂਜੀ ਹਾਂਜੀ, ਜ਼ਰੂਰੀ ਵੀ ਵਾਕੇ, ਹਾਂਜੀ ਹਾਂਜੀ, ਤਾਂ ਹੀ ਬੰਦੇ ਅੰਦਰ ਉਤਸ਼ਾਹ ਜਿਹੜਾ ਹਮੇਸ਼ਾ ਕਾਇਮ ਰਹਿੰਦਾ। ਪਰ ਮੈਨੂੰ ਰਾਣਾ ਜੀ ਦੀ ਗੱਲ 'ਤੇ ਇੱਕ ਹੋਰ ਗੱਲ ਯਾਦ ਆ ਗਈ, ਕਹਿੰਦੇ ਕਿ ਬੁਲਟ ਦੇ ਪਟਾਕੇ ਦਾ ਬਹੁਤ ਨੌਜਵਾਨ ਪਾਉਂਦੇ ਪਰ ਰਾਟ ਰਾਣਾ ਜੀ ਪਵਾ ਦਿੰਦੇ ਆ, ਅਤੇ ਸੁੱਖਾ ਬਾਈ ਜੀ ਵੀ ਹੁਣ ਸੁੱਖਾ ਬਾਬਾ ਜੀ ਵੀ ਉਮੀਦ ਕਰਦੇ ਆ ਕਿ ਬਹੁਤ ਜਲਦੀ ਜਿਹੜੀ ਤਿਆਰੀ ਕਰ ਰਹੇ ਉਹਦੇ ਵਿੱਚ ਕਾਮਯਾਬ ਹੋਣ ਅਤੇ ਸਾਡੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰਨ। ਨਾਨਕ ਜੀ, ਅੱਜ ਸਮਾਂ ਕੱਢਿਆ, ਬਹੁਤ ਚੰਗਾ ਲੱਗਿਆ ਮਿਲ ਕੇ। ਹਾਂਜੀ, ਪੂਰੇ ਗਰੁੱਪ ਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਤੁਸੀਂ ਸਾਨੂੰ ਬਹੁਤ ਸਪੋਰਟ ਕਰਦੇ ਹਾਂ ਜੀ, ਜਦੋਂ ਧੰਨਵਾਦ, ਕੋਈ ਵੀ ਸਾਨੂੰ ਕਿਤੇ ਵੀ ਲੋੜ ਹੋਵੇ ਤੁਸੀਂ ਸਾਰੀ ਪੂਰੀ ਅਪਡੇਟ ਕਰਦੇ ਹਾਂ ਜੀ। ਅਤੇ ਬਾਕੀ ਪੂਰੇ ਗਰੁੱਪ ਨੂੰ ਜੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਹਾਂ, ਕਿਉਂਕਿ ਬਹੁਤ ਵੱਡਾ ਵਾਰਡ ਆਪਣੇ ਨਵੇਂ ਸ਼ਹਿਰ ਦਾ ਨਾਮ ਹੋਇਆ ਹੈ ਜੀ, ਅਤੇ ਪੰਜਾਬ ਵਾਸੀਆਂ ਨੂੰ ਅਤੇ ਇੰਡੀਆ ਵਾਸੀਆਂ ਨੂੰ ਜੀ। ਬਾਬਾ ਜੀ ਤੁਸੀਂ ਜਾਣ ਜਾਂਦੇ, ਬਸ ਜੀ ਇਸੇ ਤਰ੍ਹਾਂ ਆਪਣਾ ਪਿਆਰ ਬਣਾ ਕੇ ਰੱਖਿਓ ਸੰਗਤ ਦੇ ਚਰਨਾਂ 'ਚ, ਇਹੀ ਅਰਦਾਸ ਬੇਨਤੀ ਹੈ ਜੀ। ਜੀ ਬਣੇ ਰਹਿਣਾ ਜੀ ਬੀ ਬੱਤੀ ਨਵਾਂ ਸ਼ਹਿਰ ਨਾਲ, ਆਪਣੇ ਛੋਟੇ ਵੀ ਦਿਨੇ ਸੂਰੀ ਕੈਮਰਾ ਪਰਸਨ ਜੀ ਹੁਣ ਦੱਸ ਦਿਓ, ਬਹੁਤ ਜਲਦੀ ਫਿਰ ਤਰਾਜ਼ ਹੋਵਾਂਗੇ। ਸਤਿ ਸ਼੍ਰੀ ਅਕਾਲ।